ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਸਾਨ ਵੀਰੋ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਕ ਮਿਸ਼ਰੀਖਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਡਿਪਟੀ ਦੇ ਵਿੱਕੀ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਸੂਈ ਮੱਝ ਅਤੇ ਇੱਕ ਆ ਸੂਈ ਜਰਸੀ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਚਾਹੀਦਾ ਜੀ। ਵਿਕ ਗਿਆ ਕੱਲ ਵਾਲਾ ਮਾਲ? ਫਿਰ ਉਦਣ ਵਾਲਾ ਵਿਕ ਗਿਆ ਭਾਜੀ, ਕੁਝ ਲੈ ਗਏ, ਕੁਝ ਭਰ ਕੇ ਜਾਣੀਆਂ ਨੇ। ਅੱਛਾ, ਸਾਈਆਂ ਪਈਆਂ ਸਾਰਾ ਕੁਝ? ਹਾਂ, ਸਾਈਆਂ ਪਈਆਂ। ਠੀਕ ਹੈ, ਤੇ ਚਲੋ ਫਿਰ ਨਾਮ ਦੱਸ ਦੋ। ਨਾਮ ਜੀ ਡਿਪਟੀ ਜੀ, ਪਿੰਡ ਚੱਕ ਮਿਸ਼ੀਗਾ, ਤੁਸੀਂ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਹੀ ਬੋਲਦੇ? 98984725। ਠੀਕ ਹੈ। ਤੇ ਅੱਜ ਇੱਕ ਗਾਂ ਤੇ ਇੱਕ ਮੱਝ? ਇੱਕ ਮੱਝ ਜੀ, ਇੱਕ ਗਾਂ ਜੀ। ਪਹਿਲਾਂ ਗਾਂ ਵਿਖਾ ਦਈਏ? ਗਾਂ ਵਿਖਾ ਲਓ, ਕੋਈ ਗੱਲ ਨਹੀਂ। ਠੀਕ ਹੈ, ਕਿੰਨਾ ਚਿਰ ਹੋ ਗਿਆ ਜੇ? ਦੁੱਧ ਕਿੰਨਾ ਪੱਕਾ ਦੁੱਧ ਜਿਹੜਾ ਹੈਗਾ? ਘਰ ਦਾ 8 ਲੀਟਰ, ਮੰਨ ਲਓ ਥੋੜਾ ਬਹੁਤਾ ਬਾਜੇ ਖਾਂਡੇ ਫਰਕ ਵੀ ਪਾ ਸਕਦੀ ਜੀ। ਤੋੜੋ ਫਿਰ ਇੱਕ ਰੀਨ। ਚਿਹਰੇ ਦੀ ਬੜੀ ਪਿਆਰੀ ਆ, ਚਿਹਰਾ ਤੁਹਾਨੂੰ ਹੁਣੇ ਦਿਖਾ ਦੇਣੇ ਇਹਦਾ ਚੰਗੀ ਤਰ੍ਹਾਂ। ਇੱਕ ਮਿੰਟ ਰੋਕਿਆ ਵੀ ਜੀ, ਇਹਦਾ ਚਿਹਰਾ ਚੰਗੀ ਤਰ੍ਹਾਂ ਦਿਖਾ ਦਈਏ। ਹਾਂ, ਦੇਖ ਸਕਦੇ ਜੀ, ਬੜਾ ਪਿਆਰਾ ਜਿਹਾ ਫੇਸ ਆ ਇਹਦਾ। ਚਲੋ ਲੈ ਜਾਓ ਫਿਰ। ਅਤੇ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਚੰਗਾ ਵਾ, ਉਸ ਤਰ੍ਹਾਂ ਇਹ ਆ ਵੀ ਸਰੀਰੋਂ ਥੋੜ੍ਹੀ ਜਿਹੀ ਕਾਹਲੀ ਆ, ਪਰ ਚੰਗੇ ਕੱਦ ਕਾਠਦੀ ਆ। ਦੁੱਧ 8 ਕਿਲੋ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ। ਕੋਈ ਸਾਂਭ ਵਾਲਾ ਕੋਈ ਵੀਰ ਖੜੇ? ਠੀਕ ਆ, ਠੀਕ ਆ। ਅਤੇ ਇਹਦਾ ਫਿਰ ਮੁੱਲ? ਮੁੱਲ ਭਾਜੀ ਜੇ ਹੁੰਦਾ ਬੱਚਾ, ਹਾਂਜੀ, ਫਿਰ 43-44 ਹਜ਼ਾਰ ਦੀ ਬੈਠ ਗਈ। ਹਾਂਜੀ, ਹੁਣ ਦੇ ਦਈਏ 24 ਹਜ਼ਾਰ ਦੀ ਬੈਠ ਦੇਣੀ। 24 ਹਜ਼ਾਰ ਦੀ ਵਿੱਚੋਂ ਕਰ ਦੋ ਮਾਨਤਾਨ। ਕਰਨਾ ਵਿੱਕੀ ਭਾਜੀ ਮਾਨਤਾਨ? ਕੋਈ ਦੋ ਛੱਡੀਏ ਭਾਜੀ, ਜਿਹੜੇ ਵੀਰਾਂ ਕੋਲ ਆਈ ਭਾਜੀ ਉਹ ਵੀਡੀਓ ਵੇਖਣ ਦੇ ਆ। ਅੱਛਾ, ਹਾਂਜੀ, ਦੋ ਹੀ ਛੱਡਣਾ 24 ਚ? ਹਾਂਜੀ, ਕਿਉਂ? ਅੱਛਾ, ਪੂਰੇ 20 ਦੀ? ਠੀਕ ਆ, ਮਾਛਲੇ ਦੋ ਤੇ 10 ਲੀਟਰ ਇੱਕ 9 ਕਿਲੋ ਨਾਲ ਸੌਦਾ ਕਰੀ। ਠੀਕ ਆ, ਹੁਣ ਤੇ ਭਾਜੀ ਆਵੇ ਹੈਗੀ ਠੰਡੀ ਜੀ। ਠੀਕ ਆ, ਹਾਂਜੀ, ਹੈਗੀ ਉਸ ਤਰ੍ਹਾਂ ਠੰਡੀ ਦੀ ਰਹੀ ਆ ਜਿਹੜੀ, ਦੇਖੋ ਧਾਰ ਤੇ ਹੀ ਆ ਜਿਹੜੀ ਹੈਗੀ ਪਹਿਲੀ ਠੰਡੀ ਮੱਝ। ਠੀਕ ਆ, ਪਤਾ ਨਹੀਂ ਹੁਣ ਬੱਚਾ ਗਾੜੀ ਪਿਆ ਤਾਂ ਡਈ ਜੇ ਕਿਤੇ ਟੀਕਾ ਵੀ ਲਵਾ ਸਕਦੀ ਜੀ। ਤੋਰੋ ਹਾਂ ਫਿਰ ਇੱਕ ਰੀ, ਉਹ ਤਾਂ 9 ਲੀਟਰ ਹੈ ਮੈਂ ਚੋਣ ਚਵਾ ਬੜਾ ਸਾਰ। ਸੋਈ ਨੂੰ ਕਿੰਨੇ ਦਿਨ ਹੋਏ ਆ? ਸੋਈ ਨੂੰ 12-18 ਦਿਨ ਹੋ ਗਏ ਜੀ। ਹਾਂ, 20 ਦਿਨ ਹੋ ਲਾ ਲਏ ਕੋਈ। ਬਾਕੀ ਮੱਝ ਭਾਰੀ ਆ ਪੂਰੀ ਜਿਹੜੀ ਸਰੀਰ ਆ। ਕਦ ਵਜਨ ਦੀ ਚੰਗੀ ਆ ਉਸ ਤਰ੍ਹਾਂ ਦੇ ਦੁੱਧ ਜਿਹੜਾ 9 ਲੀਟਰ ਕਹਿੰਦੇ ਕੀ ਹੈਗਾ? ਪੱਕਾ ਭਾਜੀ ਦੁੱਧ ਹੋਊਗਾ, ਮੱਝ 13-14 ਕਿਲੋ ਦੁੱਧ ਵਾਲੀ ਆ। ਠੀਕ ਆ, ਹਾਂਜੀ, ਠੀਕ ਹੈ। ਥਾਣ ਵੀ ਦੇਖ ਸਕਦੇ ਆਪਾਂ ਲਾਗੇ ਤਾਂ।
ਤੇ ਕਿੰਨਾ ਫਿਰ ਇਹਦਾ ਮੁੱਲ? ਮੁੱਲ ਭਾਜੀ ਉਦਣ ਨਾ ਉਹ ਮਾਜ ਦਾ 75 ਪਾਇਆ ਸੀ। ਹਾਂਜੀ। ਤੇ 74 ਦੀ ਮੈਂ ਵੇਚੀ ਜੀ। ਹਾਂਜੀ। ਚਲੋ ਉਹ ਬੱਚਾ ਹੈਗਾ ਸੀ ਜਿਉਂਦਾ, ਪਰ ਬੱਚੇ ਤੁਹਾਨੂੰ ਪਤਾ ਮਰੀ ਜਾਂਦੇ ਆ। ਹੁਣ ਦੇ ਦਈਏ ਆਪਾਂ ਮਾਜ 65,000 65,000 ਉਹਦੇ ਨਾਲ 10,000 ਥੱਲੇ ਜੇ ਮਾਜ 64 ਦੀ ਭਾਜੀ ਦੇ ਦਈਏ 64,000 ਦੀ। ਕਰਨਾ ਵੀ ਕੀ ਭਾਜੀ ਮਨ ਤਾਂ ਹੋਰ ਦੋ ਛੱਡੀਏ ਭਾਜੀ। ਅੱਛਾ ਤਿੰਨ ਹੀ ਛੱਡੀਏ। ਠੀਕ ਆ। ਹਾਂਜੀ ਵੀਰ ਖੜੂਗਾ ਬੱਚਾ ਨਾਲੇ ਘਰ ਦੇ। ਅੱਛਾ ਆਪੇ ਕੋ ਵੀਰ ਪੁੱਛੀ ਬਣਾ ਲਊਗਾ। ਬੱਚੇ ਦਾ ਜਿਹੜਾ ਕਾਫੀ ਕਰਦੀ ਆ ਭਾਜੀ ਇਹਦਾ ਤੇ ਇਹਦਾ ਹੀ ਆ। ਅੱਛਾ ਜਿਹਾ ਕੰਮ ਨਹੀਂ ਕੀਤਾ ਕਦੇ ਵੀ। ਆ ਦੇਖੋ ਠੀਕ ਆ। ਹਾਂਜੀ ਬਾਕੀ ਇਹ ਆ ਵੀ ਚਲੋ ਫਿਰ ਇਸ ਤਰ੍ਹਾਂ ਨਾ ਸੁੱਟਿਓ ਤੁਸੀਂ ਤੇ ਕੋਈ ਵੀਰ ਲੈ ਜੇ ਤੇ ਆਪੇ ਭੂਸ਼ੀ ਬਣਾ ਲਊਗਾ ਫਿਰ। ਠੀਕ ਆ। ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਚ ਚਾਹ ਕੇ ਆਪਣੀ ਮਰਜ਼ੀ ਨਾਲ ਖੜੇ। ਠੀਕ ਆ ਜੀ ਜੋ ਵੀ ਆ ਸਾਰਾ ਕੁਝ ਇਹੀ ਆ।